ਸਤਿ ਸ਼੍ਰੀ ਅਕਾਲ ਦੋਸਤੋ, ਆਪਾਂ ਦੱਸਾਂਗੇ ਆਪਾਂ ਕਿਸੇ ਦੇ ਸਿਰ 'ਤੇ ਵੱਟਾਂ ਵਾਲੀ ਪੱਗ ਕਿੱਦਾਂ ਬੰਨੀ, ਜਾਣੀ ਕਿ ਆਪਾਂ ਕਿੱਦਾਂ ਸਿੱਖਣਾ ਵੱਲ ਦੂਜੇ ਦੇ ਸਿਰ 'ਤੇ ਵੱਟਾਂ ਵਾਲੀ ਪੱਗ ਬੰਨਣ ਦਾ, ਔਰ ਇਹਦੇ ਨਾਲ ਤੁਸੀਂ ਵੀ ਪੱਗ ਸਿੱਖ ਪਾਓਗੇ। ਦੇਖੋ, ਪਹਿਲਾਂ ਤੁਸੀਂ ਪਤਲਾ ਕੱਪੜਾ ਲੈਂਦੇ ਹੋ, ਇੱਦਾਂ ਲਗਾਓ ਜ਼ਿਆਦਾ ਟੇਢਾ ਕਰਕੇ ਨਾ, ਅੱਧੀ ਅੱਖ ਵਿੱਚ ਲੈਂਦੇ ਹੋਏ ਪੂਰਾ ਪ੍ਰੈਸ ਕਰਕੇ ਗਰਦਨ ਦੇ ਨਾਲੋਂ। ਇੱਥੇ ਤੁਸੀਂ ਜ਼ਿਆਦਾ ਨਹੀਂ ਇਹਨੂੰ ਚੱਕਣਾ, ਜੇ ਇੱਥੇ ਚੱਕੋਗੇ ਲਾੜੇ ਇੱਧਰੋਂ ਖਿਸਕ ਜਾਏਗਾ। ਤੁਸੀਂ ਇਹਨੂੰ ਪਹਿਲਾਂ ਕੋਸ਼ਿਸ਼ ਕਰੋ ਇੱਥੇ ਨੀਵਾਂ ਰੱਖੋ, ਇੱਥੋਂ ਉੱਪਰ ਕਰ ਲਓ ਫਰੰਟ ਤੋਂ ਇੱਥੇ। ਆਹ ਤੁਸੀਂ ਆਹ ਦੇਖੋ ਫਰੰਟ 'ਤੇ ਹੁਣ ਆ ਕੇ ਦੇਖਿਓ, ਆ ਇੱਥੋਂ ਉੱਚਾ ਕਰ ਲਿਆ ਆਪਾਂ। ਹੁਣ ਇੱਥੇ ਵੀ ਆਪਾਂ ਇੱਦਾਂ ਵੱਟ ਪਾਉਣੇ ਆ, ਵੱਟ ਆਪ ਹੀ ਪੈ ਜਾਣੇ ਲੂਜ਼ ਕੱਪੜੇ ਦੇ। ਤੁਸੀਂ ਵੱਟ ਦੂਜੇ ਤਰੀਕੇ ਵੀ ਪਾ ਸਕਦੇ, ਇੱਦਾਂ ਵੀ ਐਂ ਕਰਕੇ ਨਾ, ਇੱਦਾਂ ਵੀ ਪਾ ਸਕਦੇ, ਇੱਦਾਂ ਵੱਟ ਪਾ ਕੇ। ਹੁਣ ਤੁਸੀਂ ਆਹ ਲੜ ਜ਼ਿਆਦਾ ਉੱਪਰ ਲਾ ਸਕਦੇ, ਇੱਥੇ ਉੱਪਰ ਲਾ ਲਿਆ, ਉੱਦਾਂ ਹੀ ਸੇਮ ਭਾਰ ਆ ਕੱਪੜਾ ਉੱਪਰ ਹਲਕਾ ਥੱਲੇ, ਇੱਥੇ ਆ ਦੇਖੋ ਆ ਵੱਟ ਇੱਦਾਂ ਆਪ ਹੀ ਬਣ ਜਾਂਦੇ ਇੱਦਾਂ। ਆਹ ਦੇਖੋ, ਜੇ ਕਿਤੇ ਵੱਟ ਨਾ ਬਣੇ ਤਾਂ ਇੱਦਾਂ ਇੱਦਾਂ ਕਰਕੇ ਤੁਸੀਂ ਵੱਟ ਬਣਾ ਸਕਦੇ। ਥੋੜ੍ਹੀ ਜਿਹੀ ਵੀਰ ਜੀ ਉਹਨਾਂ ਨੇ ਕਿਹਾ ਵੀ ਸੈਮੀ ਕਰਨੀ ਆ, ਔਰ ਹਮੇਸ਼ਾ ਸੀਨ ਕੋਲੋਂ ਥੋੜ੍ਹੇ ਵੱਟ ਬੰਨਣ ਦੀ ਦਿੱਕਤ ਹੁੰਦੀ ਆ ਜਾਂ ਬਣਾਉਣ ਦੀ, ਇੱਥੋਂ ਥੋੜ੍ਹਾ ਤੁਸੀਂ ਇੱਦਾਂ ਕਰ ਸਕਦੇ। ਇਸ ਤਰੀਕੇ ਤੁਹਾਨੂੰ ਕੱਪੜਾ ਵੀ ਰੱਖਣ ਦੀ ਲੋੜ ਨਹੀਂ, ਆਟੋਮੈਟਿਕ ਆ ਜਿਹੜਾ ਇਹਦਾ ਜੋ ਵੀ ਆਪਾਂ ਕਹਿੰਦੇ ਹਾਂ ਬਾਹਰ ਨੂੰ ਵੱਜੇਗਾ ਸਿਸਟਮ। ਜ਼ਿਆਦਾ ਸਫਾਈ ਨਾ ਵੀ ਹੋਵੇ ਕੋਈ ਚੱਕਰ ਨਹੀਂ, ਜੇ ਪੂਣੀ ਉਤਲ ਪੁਤਲ ਜਾਵੇ ਤਾਂ ਵੀ ਇਹ ਪੱਗ ਬੰਨੀ ਜਾ ਸਕਦੀ ਹੈ। ਇਹ ਤੁਸੀਂ ਬਾਅਦ ਦੇ ਵਿੱਚ ਬਾਜ ਨਾਲ ਵੀ ਸੈੱਟ ਕਰ ਸਕਦੇ ਹੋ ਇੱਦਾਂ। ਆਹ ਤੁਸੀਂ ਚਾਹੇ ਪਲੇਨ ਲਗਾ ਲਓ ਚਾਹੇ ਇੱਦਾਂ ਤੁਸੀਂ ਇਹਨੂੰ ਵੱਟਾਂ ਵਾਲਾ ਵੀ, ਆਹ ਦੇਖੋ ਵੱਟ ਵਾਲਾ ਵੀ ਲਗਾ ਸਕਦੇ ਇੱਦਾਂ। ਪਰ ਵੀਰ ਜੀ ਦੀ ਡਿਮਾਂਡ ਹੈ ਵੀ ਇਹ ਪਲੇਨ ਲਾਉਣਾ, ਲਾਸਟ ਵੱਟਾਂ ਵਾਲਾ ਲਾਉਣਾ। ਸਭ ਤੋਂ ਜ਼ਿਆਦਾ ਔਖਾ ਕੰਮ ਇਹਦੇ ਵਿੱਚ ਲਾਸਟ ਲੜ ਦੇ ਉੱਪਰ ਹੀ ਹੁੰਦਾ, ਜੋ ਰਿਐਲਿਟੀ ਆ, ਇੱਥੋਂ ਵੱਟ ਪਾਉਣੇ ਔਖੇ ਹੁੰਦੇ ਆ। ਜੇਕਰ ਜ਼ਿਆਦਾ ਨਹੀਂ ਪੈਂਦੇ ਡੋਂਟ ਵਰੀ, ਕੋਈ ਗੱਲ ਨਹੀਂ, ਅਤੇ ਥੋੜ੍ਹਾ ਉੱਪਰੋਂ ਪਲੇਨ ਵੀ ਚੱਲ ਜਾਂਦਾ। ਚਲੋ, ਤੁਹਾਨੂੰ ਸੈੱਟ ਕਰਨਾ ਚਾਹੁੰਦੇ ਹੋ ਕਰ ਦਿਓ, ਵੈਸੇ ਉੱਪਰੋਂ ਜਿੰਨੀ ਉਤਲ ਪੁਤਲ ਹੋਏਗੀ ਫਰੰਟ ਤੋਂ ਵੱਟ ਹੋਣਗੇ ਅਤੇ ਪਿੱਛੋਂ ਵੀ ਥੋੜ੍ਹਾ ਵੱਟੋ ਵੱਟ ਪੱਗ ਹੋਈ ਹੋਏਗੀ ਤਾਂ ਜ਼ਿਆਦਾ ਅੱਛੀ ਲੱਗੇਗੀ। ਆਹ ਫਰੰਟ ਦੇਖੋ ਜੀ, ਫਰੰਟ 'ਤੇ ਤੁਸੀਂ ਇਹਨੂੰ ਇੱਥੇ ਤੁਸੀਂ ਨਾ ਇਹਨੂੰ ਕੱਸ ਕੇ ਆ ਲਹਿਰਾਂ ਸਿੱਧੀਆਂ ਕਰਕੇ ਲੇਅਰਸ ਜਿਹੜੀਆਂ ਲੈਣਾ ਇਹਨਾਂ ਨੂੰ ਇੱਦਾਂ ਤੁਸੀਂ ਵੱਟ ਵੀ, ਇਹ ਸੂਈ ਨਾਲ ਵੀ ਕਰ ਸਕਦੇ ਹੋ, ਠੀਕ ਹੈ ਜੀ। ਇੱਦਾਂ ਜੇ ਇੱਥੇ ਸਫਾਈ ਰੱਖਣੀ ਤਾਂ ਇਹ ਚੱਕ ਕੇ ਤਾਂ ਤੁਸੀਂ ਤਾਂ ਪਿੰਨ ਲਾ ਸਕਦੇ ਹੋ ਇੱਦਾਂ ਦੇ ਵਿੱਚ। ਬਟ ਇੱਥੇ ਲੋੜ ਨਹੀਂ ਲੜ ਸਿੱਧਾ ਲੱਗਣਾ। ਬਿਨਾਂ ਕੱਪੜੇ ਤੋਂ ਇੱਦਾਂ ਆਪਾਂ ਇਹਦਾ ਢਿੱਡ ਕਰ ਸਕਦੇ, ਜਿੱਦਾਂ ਆਪਾਂ ਕਹਿ ਦਿੰਦੇ ਹਾਂ ਦੇਸੀ ਭਾਸ਼ਾ ਵਿੱਚ। ਲਾਸਟ ਲੜ ਲਾਉਣ ਦੇ ਹੁਣ ਦੋ ਤਰੀਕੇ ਆ, ਇੱਕ ਤਾਂ ਮੰਨ ਲਓ ਜਿੱਦਾਂ ਆਪਾਂ ਜਿਵੇਂ ਕਿਹਾ ਵੱਟੋ ਵੱਟ ਲਾਉਣਾ, ਇੱਦਾਂ ਆਪਾਂ ਵੱਟਾਂ ਵਾਲੇ ਵੀ ਲਗਾ ਸਕਦੇ ਹਾਂ, ਠੀਕ ਹੈ ਜੀ। ਪਲੇਨ ਲਗਾਉਣਾ ਤਾਂ ਆਪਾਂ ਪਲੇਨ ਵੀ ਕਰ ਸਕਦੇ ਹਾਂ, ਆਪਾਂ ਪਲੇਨ ਵੀ ਲਾ ਕੇ ਲਗਾਵਾਂਗੇ ਇੱਕ ਵਾਰੀ। ਜ਼ਿਆਦਾ ਰੱਖਣੀ ਚਾਹੁੰਦੇ ਹਾਂਜੀ, ਇਹਦੇ ਵਿੱਚ ਇੱਕ ਤਰੀਕਾ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਦਾਂ ਵੀ ਲਗਾ ਸਕਦੇ ਹਾਂ ਪਰ ਭਾਈ ਇਹਨਾਂ ਨੇ ਇੱਦਾਂ ਲੜ ਲਗਾਉਣਾ ਹੈਗਾ ਇਹਦੇ ਵਿੱਚ ਵੀ ਇੱਦਾਂ ਤੁਸੀਂ ਇੱਦਾਂ ਇਹ ਸਿੱਧਾ ਵੀ ਲਗਾ ਸਕਦੇ ਇੱਦਾਂ ਲਾਈਨ ਸਿੱਧੀ ਹੋਵੇ ਇੱਦਾਂ ਅਤੇ ਜ਼ਿਆਦਾਤਰ ਕਿ ਇੱਦਾਂ ਤੁਸੀਂ ਇੱਥੋਂ ਥੋੜ੍ਹਾ ਜਿਹਾ ਟਰਨ ਕਰਕੇ ਇੱਦਾਂ ਹੀ ਲਗਾ ਸਕਦੇ ਇੱਦਾਂ ਵੀ ਲਗਾ ਸਕਦੇ ਆਹ ਲਾਈਨ ਤੁਹਾਡੀ ਸਿੱਧੀ ਹੋਣੀ ਚਾਹੀਦੀ ਐ ਵਾਲੀ ਕੱਪੜਾ ਹੈਵੀ ਉੱਪਰ ਆ ਹੁਣ ਥੋੜ੍ਹਾ ਆਪਾਂ ਥੱਲੇ ਕਰਾਂਗੇ ਆਪਾਂ ਥੱਲੇ ਲੈ ਜਾਂਦੇ ਹੋਏ ਇੱਧਰ ਦੇਖੋ ਇੱਦਾਂ ਢਿੱਡ ਹੋਰ ਤੁਸੀਂ ਬਾਹਰ ਇੱਥੋਂ ਲੜ ਦੇ ਕੇ ਕਰ ਸਕਦੇ ਹੋ ਥੋੜ੍ਹਾ ਇੱਥੋਂ ਹੱਥ ਨਾਲ ਵੀ ਪੱਗ ਫੈਲਾ ਸਕਦੇ ਹੋ ਐਂ ਲੱਗ ਰਿਹਾ ਜੀ ਕੱਪੜਾ ਰੱਖਿਆ ਬਟ ਆਪਾਂ ਕੱਪੜਾ ਨਹੀਂ ਰੱਖਿਆ ਹਾਂ ਤੁਸੀਂ ਥੋੜ੍ਹੀ ਬਹੁਤ ਬਾਜ ਨਾਲ ਸੈਡ ਕਰ ਸਕਦੇ ਹੋ ਆਪਣੀ ਕੰਪਲੀਟ ਪੱਗ ਠੀਕ ਕਰ ਤੁਸੀਂ ਇੱਥੋਂ ਲੜ ਟਿੱਲਾ ਅਤੇ ਇੱਦਾਂ ਇਹਨੂੰ ਬਾਜ ਨੂੰ ਕੱਸ ਦਿਓ ਕਈ ਵਾਰੀ ਇਹਦੇ 'ਤੇ ਪਿੰਨ ਲਗਾ ਕੇ ਲੜ ਉੱਪਰ ਲਗਾ ਦਿਓ ਇਹ ਰਫ ਸਟਾਈਲ ਹੈ ਜੀ ਪੱਗਾਂ ਵਾਲੀ ਪੱਗ ਵੱਟਾਂ ਵਾਲੀ ਪੱਗ ਸਾਰੀ ਰਫ ਸਟਾਈਲ ਵੱਟਾਂ ਵਾਲੀ ਪੱਗ ਵੀਰ ਜੀ ਤੁਸੀਂ ਟੋਪੀ ਲਾ ਕੇ ਪੱਗ ਬੰਨਿਆ ਕਰੋ ਸੱਤ ਵਜੇ